ਇਹ ਕਿੱਧਰ ਤਿਆਰ ਹੋਣ ਡਈ ਆ? ਇਹ ਕਿੱਥੇ ਚੱਲੀ ਆ? ਬੀਜੀ ਨੂੰ ਪੁੱਛਦੀ ਭਲਾ। ਬੀਜੀ, ਦੀਦੀ ਬਰੀਕ ਕਿੱਥੇ ਚੱਲੀ ਆ? ਤਿਆਰ ਹੋਣ ਡਈ ਆ। ਕੱਲ ਮਾਂ ਦਾ ਫੋਨ ਆਇਆ ਸੀਗਾ, ਉਹ ਆਪਣੇ ਪੇਕੇ ਚੱਲੀ ਆ। ਕਿਉਂ, ਕੀ ਗੱਲ? ਸ਼ਾਇਦ ਕਿਤੇ ਪੈਲੀ ਬੰਨੇ ਦਾ ਕੋਈ ਹਾਂ ਹੋ ਗਈ ਹੋਵੇ। ਹਾਏ ਵੀ ਗੱਲ ਬਣੀ ਜਾਵੇ। ਹਾਏ ਬੀਜੀ, ਮੰਮੀ ਅੱਜ ਪਿੰਡ ਜਾਣਾ ਸੀ। ਤੂੰ ਕੀ ਲੈਣ ਜਾਣਾ ਸੀਗਾ? ਮੈਂ ਉਹੀ ਝੋਨੇ ਦਾ ਹਿਸਾਬ ਕਿਤਾਬ, ਪਰਚੀਆਂ ਪੁਰਚੀਆਂ, ਮੈਂ ਵੇਖਾਂ ਝੋਨੇ ਦਾ ਕੀ ਰੇਟ ਲੱਗਾ ਕਿੱਦਾਂ ਵਾ। ਉਹਨੇ ਤੇ ਤੈਨੂੰ ਪਤਾ ਦੱਸਦੀ ਨੀ ਮੈਨੂੰ ਕੁਛ ਵੀ। ਇਹਨੇ ਵੀ ਅੱਜ ਹੀ ਜਾਣਾ ਸੀ। ਕੋਈ ਨੀ, ਉਹਨੂੰ ਜਾ ਆਉਣ ਦੇ। ਕਦੇ ਪੈਲੀ ਬੰਨੇ ਦੀ ਹਾਂ ਹੋਈ ਹੋਵੇ, ਤੂੰ ਫੇਰ ਚੱਲ ਜੀ। ਚਲੋ ਠੀਕ ਆ ਫਿਰ, ਮੈਨੂੰ ਪੁਛਾਊਗੀ ਕੰਮ ਚ, ਮੈਨੂੰ ਸਭ ਪਤਾ ਵਾ ਇਹਦੇ, ਜਿਹੜੀਆਂ ਢਿੱਡ ਚ ਆ ਨਾ ਉਹ ਮੈਨੂੰ ਸਭ ਜਾਣਦੀ ਮੈਂ ਇਹਦੀਆਂ। ਚਲੋ ਠੀਕ ਆ ਵੀਰੇ। ਚਲੋ ਠੀਕ ਆ। ਠੀਕ ਠਾਕ ਆ ਪ੍ਰੀਤ? ਹਾਂਜੀ। ਹੋਰ? ਹਾਂਜੀ ਠੀਕ। ਮੰਮੀ, ਰਾਜਵੀਰ? ਰਾਜਵੀਰ ਕਿਤੇ ਗਿਆ? ਬਹਿ ਤਾਂ ਮੈਂ ਪਾਣੀ ਲਿਆਵਾਂ। ਹਾਂ ਪਾਣੀ ਲਿਆਓ। ਪ੍ਰੀਤ ਵੇਖ ਲਾ, ਤੂੰ ਅੱਜ ਫੇਰ ਕੱਲੀ ਆਈ ਆ। ਮੈਂ ਤੈਨੂੰ ਉਦਣ ਵੀ ਕਿਹਾ ਸੀ, ਤੂੰ ਕੱਲੀ ਨਾ ਆਇਆ ਕਰ। ਹੈ ਤੇ ਠੀਕ ਆ ਮੰਮੀ, ਪਰ ਆਉਣਾ ਸੀ ਗੋਰੇ ਨੇ, ਉਹ ਫਿਰ ਕਿਤੇ ਕੰਮ ਹੀ ਗਿਆ ਸੀ, ਤਾਂ ਕਰਕੇ ਮੈਂ ਕਿਹਾ ਹੀ ਨਹੀਂ। ਨਾਲੇ ਮੰਮੀ ਮੇਰੀ ਗੱਲ ਸੁਣੋ, ਤੁਸੀਂ ਫੋਨ ਕਰਕੇ ਮੈਨੂੰ ਚੇਚਾ ਬੁਲਾਇਆ, ਕੋਈ ਕੰਮ ਸੀ? ਮਾਂ ਤੇ ਪ੍ਰੀਤ, ਮੈਂ ਆਪ ਹੀ, ਪਰ ਮੇਰੇ ਕੋਲ ਆਇਆ ਨਹੀਂ ਗਿਆ। ਰਾਜਵੀਰ ਨੇ ਮੈਨੂੰ ਸਾਰਾ ਕੁਛ ਦੱਸਿਆ, ਕਿਤੇ ਮੇਰਾ ਕਰਦਾ ਸੀ ਆਉਣ ਨੂੰ, ਪਰ ਮੇਰੇ ਮਨ 'ਚ ਗੁੱਸਾ ਹੀ ਬੜਾ ਸੀ। ਪੈਸਿਆਂ ਦਾ ਤੇਰਾ ਨਾਂ ਲਾਇਆ, ਲੱਭ ਤੇ ਘਰੋਂ ਪਏ। ਪ੍ਰੀਤ, ਜੇ ਤੂੰ ਕਵੇਂ ਤਾਂ ਮੈਂ ਜਾ ਕੇ ਪੁੱਛਾਂ ਉਹਨਾਂ ਨੂੰ, ਨਾਂ ਤੇ ਤੇਰਾ ਬੜਾ ਲਾਉਂਦੇ ਸੀ ਪੈਸਿਆਂ ਦਾ। ਉਹ ਨਹੀਂ ਮੰਮੀ, ਪੁੱਛਣ ਨੂੰ ਤਾਂ ਚਲੋ ਤੁਸੀਂ ਪੁੱਛ ਵੀ ਲੈਂਦੇ, ਪਰ ਇਹ ਰਿਸ਼ਤੇ ਬੜੇ ਪਿਆਰੇ ਆ, ਮੈਂ ਤਾਂ ਉੱਥੇ ਹੀ ਰਹਿਣਾ ਵਾਂ, ਉਹਨਾਂ ਦੇ ਵਿੱਚ ਹੀ ਕੱਟਣੀ ਆ, ਅਤੇ ਮੂੰਹ 'ਚੋਂ ਨਿਕਲੀਆਂ ਗੱਲਾਂ ਮੁੜ ਕੇ ਪੈਂਦੀਆਂ ਨਹੀਂ ਆ, ਸਾਰੀ ਉਮਰ ਲਈ ਬੰਦਾ ਬੁਰਾ ਬਣ ਜਾਂਦਾ। ਨਹੀਂ, ਗੱਲਾਂ ਤਾਂ ਉਦੋਂ ਬਹੁਤ ਕਰਦੇ ਸੀ, ਹੱਥ ਜੋੜਦੇ ਸੀ ਮੇਰੇ ਗਾੜੀ ਤੇ, ਪਰ ਮੇਰਾ ਤੇ ਇਰਾਦਾ ਵੀ ਪੁੱਛਾਂ ਉਹਨਾਂ ਨੂੰ ਜਾ ਕੇ। ਗੱਲਾਂ ਤਾਂ ਮੰਮੀ ਹੁਣ ਕਿਹੜੀਆਂ ਉਹ ਨਹੀਂ ਕਰਦੇ, ਹੁਣ ਕਿਹੜੀਆਂ ਘੱਟ ਕਰਦੇ ਆ। ਪੈਸੇ ਦਵਿੰਦਰ ਨੇ ਰੱਖੇ ਸੀ, ਸ਼ਰੇਆਮ ਫੜੇ ਗਏ। ਜੋਬਨ ਸਿੱਧਾ ਸਿੱਧਾ ਮੂੰਹ ਤੇ ਕਹਿਣ ਡਿਆ ਵੀ ਦਵਿੰਦਰ ਪੈਸੇ ਤੂੰ ਰੱਖੇ ਆ, ਪਰ ਤੁਹਾਡੇ ਜਵਾਈ ਨੇ ਇੰਨੀ ਸੈਡ ਲਈ ਆ ਕਿ ਮੈਂ ਕੁਛ ਕਰ ਹੀ ਨਹੀਂ ਪਾਈ। ਜਦੋਂ ਪੈਸੇ ਲੱਭੇ ਸੀ ਤੇ ਫਿਰ ਜਦੋਂ ਮਤਲਬ ਤੈਨੂੰ ਕਿੱਦਾਂ ਦਾ ਲੱਗਾ ਤੇ ਉਹਨਾਂ ਨੂੰ ਕਿੱਦਾਂ ਦਾ ਲੱਗਾ ਵੀ ਪੈਸੇ ਲੱਭੇ ਆ? ਮੈਂ ਤਾਂ ਬਥੇਰੀ ਬੇਇੱਜ਼ਤੀ ਕੀਤੀ, ਮੈਂ ਤਾਂ ਫਿਰ ਇੱਕ ਥੱਪੜ ਵੀ ਰੱਖਿਆ, ਪਰ ਇਹਨਾਂ ਨੇ ਥੋੜ੍ਹੀ ਜਿਹੀ ਸੈਡ ਲੈ ਲਈ। ਦਵਿੰਦਰ ਨੇ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੱਤਾ, ਜਦੋਂ ਇਹਨਾਂ ਨੇ ਕਹਿ ਤਾ ਵੀ ਇਹ ਪੈਸੇ ਵੱਖਰੇ ਆ, ਮੈਂ ਰੱਖੇ ਸੀ ਉਹ ਪੈਸੇ ਨਹੀਂ ਆ, ਅਤੇ ਫਿਰ ਉੱਥੇ ਕਿਸੇ ਨੇ ਕੀ ਕਰਨਾ ਸੀ? ਉਹ ਤਾਂ ਅਜੇ ਵੀ ਨਹੀਂ ਮੰਨਦੀ, ਕਹਿੰਦੀ ਵੀ ਪੈਸੇ ਤੂੰ ਹੀ ਖੜੇ ਆ। ਜਦੋਂ ਸਾਰਾ ਟੱਬਰ ਹੀ ਖੇਡੂ ਖੇਡੂ ਜਿਹਾ ਹੋਇਆ ਵਾ, ਇੱਕ ਸਾਈਡ ਹੋਣ ਬੰਦਾ ਗਲਤੀ ਕਰੇ ਤਾਂ ਉਹਨੂੰ ਕਵੇ ਵੀ, ਕਿਸੇ ਦਾ ਰਾਹ ਕਿਸੇ ਬੰਨੇ, ਕਿਸੇ ਦਾ ਕਿਸੇ ਬੰਨੇ, ਕੀ ਕਰ ਸਕਦਾ ਉੱਥੇ ਬੰਦਾ? ਇਹੋ ਗੱਲ 'ਤੇ ਫਿਰ ਮੈਂ ਕਹਿੰਦੀ ਵੀ ਮੈਂ ਪੁੱਛਾਂ ਇੱਕ ਵਾਰ ਜਾ ਕੇ, ਫਿਰ ਹਾਂ ਗੱਲਾਂ ਆ ਜਾਂਦੀਆਂ ਅੱਗੇ। ਉਹ ਨਹੀਂ ਮੰਮੀ, ਛੱਡੋ ਫੜੇ, ਇਹੋ ਗੱਲ 'ਤੇ ਫਿਰ ਹਾਂ ਤੇਰੀ ਮਾਰ ਜਾਂਦੀ ਨਾ ਗੱਲ। ਜਦੋਂ ਮੈਂ ਚੋਰ ਨਹੀਂ ਚੋਰ ਦੇ ਭਾਈ ਨਹੀਂ ਤਾਂ ਸਾਨੂੰ ਟੈਨਸ਼ਨ ਕਾਹਦੀ, ਉਹ ਮਾਰਾ ਜਾਂਦਾ ਉੱਤੇ ਬੈਠਾ। ਪ੍ਰੀਤ, ਇਹੋ ਗੱਲਾਂ ਤੇਰੀਆਂ ਜਿਹੜੀਆਂ ਉਹ ਗੱਲ ਵੀ ਚੁੱਪ ਕਰਾ ਦਿੰਦੀਆਂ ਮੈਨੂੰ। ਮੰਮੀ, ਸੱਚ ਦੇ ਨਤਾਰੇ ਆ, ਨਹੀਂ ਬੰਦਾ ਆਪਣੀ ਜਗ੍ਹਾ ਸਹੀ ਹੋਣਾ ਚਾਹੀਦਾ ਵਾ। ਸੱਚ ਦੇ ਨਤਾਰੇ ਤੇ ਹੈ ਹੀ ਆ, ਬੰਦਾ ਆਪਣੀ ਜਗ੍ਹਾ ਸਹੀ ਹੋਣਾ ਚਾਹੀਦਾ ਵਾ। ਕੋਈ ਗੱਲ ਨਹੀਂ, ਮਹਾਰਾਜ ਵੇਂਦਾ ਉੱਤੇ ਸਭ ਇਨਸਾਫ਼ ਕਰੂਗਾ। ਮੇਰੇ ਮੱਥੇ ਤੇ ਕਾਲ ਕਲ ਆਈ ਸੀ ਨਾ ਤੇ ਪਰਮਾਤਮਾ ਨੇ ਲਾਤੀ ਆ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਮੈਨੂੰ ਤਾਂ ਇੱਕੇ ਗੱਲ ਦਾ ਦੁੱਖ ਜਿਹਾ ਸੀ, ਚੰਗਾ ਹੋਇਆ ਤੁਸੀਂ ਫੋਨ ਲਾਤਾ, ਮੇਰਾ ਆਪਣਾ ਵੀ ਮਨ ਸੀ। ਰਾਜਵੀਰ ਵਿਚਾਰਾ ਚਾਹ ਵੀ ਨਹੀਂ ਪੀ ਕੇ ਆਇਆ। ਕੋਈ ਗੱਲ ਨਹੀਂ ਪ੍ਰੀਤ, ਹੌਸਲਾ ਨਾ ਹਾਰ, ਸੱਚੇ ਬੰਦੇ ਦਾ ਜਿਹੜਾ ਨਾ ਪਰਮਾਤਮਾ ਹੀ ਹੁੰਦਾ ਵਾ, ਦਿਲ ਨਾ ਸੋਟਾ ਕਰ। ਪ੍ਰੀਤ, ਤੂੰ ਬਹਿ, ਮੈਂ ਚਾਹ ਲੈ ਕੇ ਆਉਂਦੀ ਤੇਰੇ ਵਾਸਤੇ। ਨਹੀਂ ਮੰਮੀ, ਅਜੇ ਨਾ ਬਣਾਈ ਹੋ ਚਾਹ। ਨਹੀਂ ਬਣਾਉਂਦੀ ਹੈ ਮੈਂ ਚਾਹ, ਅਜੇ ਨਹੀਂ, ਮੈਨੂੰ ਜੀ ਕਰਨ ਡਿਆ, ਜਦੋਂ ਮੈਂ ਪੀਣੀ ਹੋਊਗੀ ਦੱਸ ਦੂੰਗੀ, ਪੀਊਂਗੀ ਚਾਹ, ਰੋਟੀ ਵੀ ਖਾਊਂਗੀ, ਚਾਹ ਵੀ ਪੀਊਂਗੀ। ਚੱਲ ਆ ਜਾ ਫਿਰ, ਉੱਥੇ ਬਹੀਏ ਜਾ, ਇੱਥੇ ਬਹਿ। ਪ੍ਰੀਤ, ਮੈਨੂੰ ਰਾਜਵੀਰ ਨੇ ਦੱਸਿਆ ਸੀ ਆਣ ਕੇ, ਕਹਿੰਦਾ ਵੀ ਲੜਾਈ ਬੜੀ ਪਈ ਆ,
ਤੇ ਪੈਲੀ ਤੇ ਚਲੋ ਤੇਰੀ ਆ, ਮਾਸੀ ਤੇਰੀ ਨਾਲ ਮੈਂ ਪ੍ਰੀਤ ਗੱਲ ਕੀਤੀ ਸੀ, ਕਹਿੰਦੇ ਸੀ ਵੀ ਅੱਧੀ ਪੈਲੀ ਪ੍ਰੀਤ ਨੂੰ ਦੇ ਦਿਓ ਤੇ ਅੱਧੀ ਰਾਜਵੀਰ ਨੂੰ ਦੇ ਦਿਓ। ਨਾ ਮੰਮੀ, ਤੁਹਾਨੂੰ ਕੀ ਲੱਗਦਾ ਵਾ ਵੀ ਪੈਲੀ ਲੈ ਕੇ ਤਾਂ ਮੇਰੇ ਨਾਲ ਬੜੇ ਵਧੀਆ ਹੋ ਜਾਣਗੇ? ਇਹ ਗੱਲ ਭੁੱਲ ਜਾਓ ਤੁਸੀਂ, ਪਹਿਲੀ ਅਸੀਂ ਉਹਨਾਂ ਨੂੰ ਦੇ ਵੀ ਦਿੰਦੇ ਹਾਂ, ਅੱਧੀ ਛੱਡ ਕੇ ਪੂਰੀ ਵੀ ਦੇ ਦਾਂਗੇ ਨਾ, ਉਹ ਇਦਾਂ ਦਾ ਪਰਿਵਾਰ ਉਹਨਾਂ ਕਦੇ ਨਹੀਂ ਬਦਲਣਾ। ਚੱਲ ਪ੍ਰੀਤ, ਤੇਰੇ ਨਾਲ ਤੇ ਥੋੜਾ ਬਹੁਤਾ ਪਿਆਰ ਪਊਗਾ ਨਾ ਉਹਨਾਂ ਦਾ। ਮੇਰੇ ਨਾਲ ਉਹਨਾਂ ਦਾ ਪਿਆਰ ਕੀ ਪੈਣਾ ਮੰਮੀ, ਪੈਣ ਵਾਲੇ ਨੇ ਮੈਨੂੰ ਸਿੱਧਾ ਮੂੰਹ ਕਦੀ ਖਵਾਇਆ ਨਹੀਂ, ਉਹਦਾ ਨਹੀਂ ਪਿਆਰ ਪਿਆ ਮੇਰੇ ਨਾਲ। ਆ 20 ਸਾਲਾਂ ਦੇ ਵਿੱਚ ਉਹਦੇ ਮੇਰੇ ਨਾਲ ਕਦੀ ਆਉਂਦੇ ਜਾਂਦੇ ਵੇਖੇ ਕਦੀ? ਚੱਲ ਪ੍ਰੀਤ, ਮੈਂ ਪੈਲੀ ਕਿੱਥੇ ਖੜਨੀ ਆ? ਉਹ ਤਾਂ ਤੂੰ ਲੈ ਮੰਮੀ, ਗੱਲ ਉਹ ਨਹੀਂ ਆ ਵੀ ਪੈਲੀ ਕਿੱਥੇ ਖੜਨੀ ਆ, ਗੱਲ ਇਹ ਆ ਕਿ ਅਸੀਂ ਪਹਿਲੀ ਇਹਨਾਂ ਨੂੰ ਦੇ ਵੀ ਦਿੱਤੀ, ਇਹਨਾਂ ਤਾਂ ਵੀ ਮੈਨੂੰ ਸੂਈ ਦੇ ਨੱਕੇ ਚੋਦੀ ਲਗਾ ਕੇ ਰੱਖਣਾ ਵਾ, ਤੇ ਜੇ ਫਿਰ ਇਹ ਨਹੀਂ ਆਪਣੀ ਆਦਤ ਤੋਂ ਹਟਦੇ ਤੇ ਪਹਿਲੀ ਮੈਂ ਨਹੀਂ ਦੇਣੀ, ਜੋ ਮਰਜ਼ੀ ਹੋ ਜੇ। ਹਾਂ, ਜੇ ਪਿਆਰ ਦੇ ਨਾਲ ਰਹਿੰਦੇ ਨਾ। ਚੱਲ ਪ੍ਰੀਤ, ਤੂੰ ਜਿੱਦ ਨਾ ਕਰ, ਕੋਈ ਗੱਲ ਨਹੀਂ। ਉਹ ਮੰਮੀ, ਗੱਲ ਜਿੱਦ ਦੀ ਨਹੀਂ, ਏਦਾਂ ਤੇ ਇਹਨਾਂ ਦਾ ਮੂੰਹ ਪੈ ਜਾਣਾ ਵਾ, ਅੱਜ ਅੱਧੀ ਪਹਿਲੀ ਮੰਗਣ ਡੇ ਆ ਨਾ, ਤੇ ਸਾਰੀ ਉਮਰ ਇਹਨਾਂ ਬਾਕੀ ਦੀ ਅੱਧੀ ਤੂੰ ਮੇਰੇ ਨਾਲ ਤੰਗੀਆਂ ਵਲੰਗੀਆਂ ਕਰਨੀਆਂ ਮੁੜ ਕੇ। ਪ੍ਰੀਤ, ਉਦੋਂ ਤਾਂ ਮੈਨੂੰ ਤੂੰ ਦੱਸਿਆ ਨਹੀਂ ਵੀ ਪੈਲੀ ਤੋਂ ਇੰਨੀ ਲੜਾਈ ਪੈਂਦੀ ਆ। ਮੰਮੀ, ਪੈਂਦੀ ਤਾਂ ਸ਼ੁਰੂ ਤੋਂ ਰਹੀ ਆ, ਜਦੋਂ ਦੀ ਗਈ ਆ ਨਾ, ਇਹੋ ਕੁਛ ਹੀ ਹੁੰਦਾ ਰਿਹਾ ਘਰ ਦੇ ਵਿੱਚ, ਪੈਲੀ ਲਿਆਇਆ ਪੈਲੀ ਲਿਆਇਆ। ਪਹਿਲਾਂ ਤਾਂ ਕਦੀ ਨਾਂ ਨਹੀਂ ਸੀ ਲਿਆ, ਜਦੋਂ ਤੁਸੀਂ ਰਾਜਵੀਰ ਨੂੰ ਰੱਖ ਲਿਆ ਨਾ, ਇਹਨਾਂ ਨੂੰ ਪੈਲੀ ਦਾ ਹੀ ਫਿਕਰ ਪੈ ਗਿਆ। ਕਹਿੰਦੇ ਜਦੋਂ ਤੇਰਾ ਵਿਆਹ ਕੀਤਾ ਸੀ ਅਸੀਂ ਤਾਂ ਉਦੋਂ ਪੈਲੀ ਨੂੰ ਹੀ ਕੀਤਾ ਸੀ ਵੀ ਪੈਲੀ ਆ ਕੁੜੀ ਦੇ ਪਿੱਛੇ। ਮੈਂ ਤਾਂ ਫਿਰ ਇੱਕ ਦਿਨ ਕਿਹਾ ਸੀ ਵੀ ਤੁਸੀਂ ਲੱਭ ਲਓ, ਜੇ ਤੁਹਾਨੂੰ ਲੱਭਦੀ ਆ ਤਾਂ ਮੈਂ ਚੱਲ ਜਾਂਦੀ ਹਾਂ। ਜਿੱਦਾਂ ਤੁਸੀਂ ਕਹੀ ਜਾਂਦੇ ਨਾ ਵੀ ਅੱਧੀ ਪੈਲੀ ਤੂੰ ਲੈ ਜਾ, ਜੇ ਅੱਧੀ ਦੇ ਦਿੱਤੀ ਨਾ ਤੇ ਬਾਕੀ ਦੀ ਅੱਧੀ ਵਾਸਤੇ ਇਹਨਾਂ ਮੈਨੂੰ ਫੇਰ ਤੰਗ ਕਰਦੇ ਰਹਿਣਾ ਵਾ। ਪ੍ਰੀਤ, ਤੇਰੀ ਸੱਸ ਇਹ ਨਹੀਂ ਕਹਿੰਦੀ ਵੀ ਤੇਰਾ ਭਰਾ ਨਿੱਕਾ ਚੱਲ ਵਿਆਹੇਗੀ, ਮਿਲਣ ਗਿਲਣ ਬਣਿਆ ਰਹੂਗਾ, ਪੈਲੀ ਨੂੰ ਕੀ ਕਰਨਾ ਵਾ? ਮੰਮੀ, ਉਹਨਾਂ ਤਾਂ ਇਦਾਂ ਦਾ ਹੈ ਹੀ ਨਹੀਂ ਉਹਨਾਂ ਦੇ ਦਿਲ 'ਚ ਮਿਲਣ ਗਿਲਣ ਵਾਲੀ ਕੋਈ ਗੱਲ। ਉਹ ਇੱਥੇ ਸਾਡੇ ਨਾਲ ਕਿੰਨਾ ਕੁ ਮਿਲਦੇ ਵਰਤਦੇ ਆ। ਕਦੇ ਤੁਹਾਡੇ ਜਵਾਈ ਨੇ ਆਣ ਕੇ ਪੁੱਛਿਆ ਵੀ ਮੰਮੀ ਤੁਸੀਂ ਇਕੱਲੇ ਰਹਿੰਦੇ ਹੋ, ਤੁਹਾਨੂੰ ਕਿਸ ਚੀਜ਼ ਦੀ ਲੋੜ, ਕੋਈ ਹੈਲਪ ਚਾਹੀਦੀ ਹੈ, ਕੋਈ ਤੰਗੀ ਵਿਲੰਗੀ ਤੇ ਦੱਸਿਓ? ਕਦੇ ਲਈ ਉਹਨਾਂ ਨੇ ਸਾਰ? ਨਹੀਂ, ਉਹ ਤੇ ਪ੍ਰੀਤ ਮੇਰੇ ਮਨ 'ਚ ਇਹੋ ਜਿਹੀਆਂ ਗੱਲਾਂ ਆਉਂਦੀਆਂ, ਪਰ ਮੈਂ ਕਰ ਸਕਦੀ ਪਰ ਇਹ ਵੀ ਚੱਲ ਮੰਮੀ ਇੱਥੇ ਆਣ ਕੇ ਤੇ ਉਹਨਾਂ ਕਦੇ ਤੁਹਾਡੀ ਰਾਜ਼ੀ ਖੁਸ਼ੀ ਨਹੀਂ ਪਤਾ ਕੀਤੀ ਵੀ ਹੈਗੇ ਕਿ ਨਹੀਂ ਹੈਗੇ, ਉਹ ਪੈਲੀ ਦੇਣ ਦੇ ਲਾਇਕ ਨਹੀਂ ਹੈਗੇ ਤੇ ਨਾ ਮੈਂ ਪਹਿਲੀ ਦੇਣੀ ਆ। ਇਹ ਗੱਲ ਆਪਣੇ ਦਿਮਾਗ 'ਚੋਂ ਕੱਢ ਦਿਓ ਤੇ ਭੁੱਲ ਭੁਲੇਖੇ ਕਿਤੇ ਮੇਰੇ ਪਰਿਵਾਰ ਦੇ ਵਿੱਚ ਬਹਿ ਕੇ ਨਾ ਆਹ ਗੱਲ ਕਹਿ ਦਿਓ। ਉਹਨਾਂ ਤੇ ਕਹਿਣਾ ਇਹਦੀ ਮਾਂ ਦਿੰਦੀ ਇਹ ਨਹੀਂ ਲਿਆਉਂਦੀ। ਮੈਂ ਇੱਕੋ ਗੱਲ ਕਹੀ ਆ ਵੀ ਜਦੋਂ ਰਾਜਵੀਰ ਨੂੰ ਹੀ ਰੱਖਿਆ ਜ਼ਮੀਨ ਉਹਦੀ ਆ। ਚੱਲ ਪੁੱਤ, ਤੂੰ ਨਾ ਦਿਲ ਚ ਕਰੀ, ਬਗਾਨੀ ਆ ਨਾ ਤਾਂ ਨੀ ਤੇਰੇ ਤੇ ਤਰਸ ਖਾਂਦੀ। ਕੋਈ ਗੱਲ ਨੀ, ਜਦੋਂ ਆਪਣੇ ਅੰਦਰਾਂ ਨੂੰ ਸੇਕ ਲੱਗੂਗਾ ਨਾ ਫਿਰ ਇਹਨਾਂ ਨੂੰ ਪਤਾ ਲੱਗੂਗਾ। ਉਹ ਮੈਂ ਤੇ ਮੰਮੀ ਕਦੀ ਆਹ ਗੱਲ ਸੋਚੀ ਨਹੀਂ ਆ ਵੀ ਇਹਨਾਂ ਦੀਆਂ ਕੀਤੀਆਂ ਧੀ ਧਿਆਣੀ ਦੇ ਗਾੜੀ ਕਾਹਨੂੰ ਆਉਣ, ਚੰਗਾ ਹੀ ਪਰਿਵਾਰ ਮਿਲੇ ਚਲੋ, ਕਿਉਂਕਿ ਜਦੋਂ ਮਾੜੇ ਸਹੁਰੇ ਮਿਲਦੇ ਆ ਨਾ ਤੇ ਜ਼ਿੰਦਗੀ ਨਰਕੀ ਬਣ ਜਾਂਦੀ, ਰੀਝਾਂ ਪ੍ਰੀਤਾਂ ਤੇ ਇੱਕ ਬੰਨੇ ਰਹਿ ਜਾਂਦੀਆਂ, ਫਿਰ ਜ਼ਿੰਦਗੀ ਜਿਉਂਦਾ ਨਹੀਂ ਬੰਦਾ, ਜ਼ਿੰਦਗੀ ਕੱਟਦਾ ਵਾ, ਤੇ ਜ਼ਿੰਦਗੀ ਜਿਉਣ ਤੇ ਕੱਟਣ ਵਿੱਚ ਬੜਾ ਫਰਕ ਆ। ਪ੍ਰੀਤ, ਅਸੀਂ ਇਹ ਗੱਲ ਸੋਚ ਲੈਂਦੇ ਹਾਂ, ਪੁੱਤ ਉਹ ਨਹੀਂ ਸੋਚਦੇ ਇਹ ਗੱਲ। ਚਲੋ ਕੋਈ ਨਹੀਂ ਮੰਮੀ, ਜਿਹੜਾ ਕਰੂ ਸੋ ਭਰੂ, ਇਸ ਦਿਲ ਦੇ ਨਾਲ ਨਾ ਤਾਂ ਕਦੀ ਮਾੜਾ ਕੀਤਾ ਤੇ ਨਾ ਮਾੜਾ ਸੋਚਿਆ ਹੀ ਆ। ਇਹੋ ਕਰਕੇ ਤੇ ਫਿਰ ਅਸੀਂ ਉਹ ਗੱਲ ਚੁੱਪ ਕਰ ਜਾਂਦੇ ਵੀ ਜਿਹੜਾ। ਮੈਂ ਅੰਦਰੋਂ ਬਹੁਤ ਸਟਰੋਂਗ ਆ ਮੰਮੀ, ਮੈਨੂੰ ਕੋਈ ਟੈਨਸ਼ਨ ਨਹੀਂ ਆ, ਮੈਨੂੰ ਸਿਰਫ ਇੱਕੋ ਟੈਨਸ਼ਨ ਆ ਵੀ ਗੌਰਵ ਨੂੰ ਥੋੜ੍ਹਾ ਜਿਹਾ ਉਹਨਾਂ ਨੇ ਆਪਣੇ ਪਿੱਛੇ ਲਾ ਲਿਆ ਵਾ, ਗੌਰਵ ਗਲਤ ਨਾ ਹੋ ਜੇ ਕਿ ਬੰਨਿਓ, ਮੈਨੂੰ ਹੋਰ ਨਹੀਂ ਚਿੰਤਾ ਹੈਗੀ ਕੋਈ ਵੀ। ਚੱਲ ਕੋਈ ਨਹੀਂ ਪੁੱਤ, ਗੌਰਵ ਤੇਰਾ ਪੋਤੀ ਆ, ਤੇਰਾ ਹੀ ਰਹਿਣਾ ਵਾ ਉਹਨੇ, ਕੋਈ ਗੱਲ ਨਹੀਂ, ਗੱਲਾਂ ਹੁੰਦੀਆਂ ਰਹਿੰਦੀਆਂ ਵਾ। ਉਹ ਤਾਂ ਮੈਨੂੰ ਵੀ ਪਤਾ ਮੰਮੀ, ਪਰ ਫਿਰ ਵੀ ਮਨ ਨੂੰ ਚਿੰਤਾ ਜਿਹੀ ਲੱਗੀ ਰਹਿੰਦੀ ਵੀ ਨਿਆਣਾ ਸਿਆਣਾ ਵਾ, ਬੇਸਮਝ ਵਾ, ਤੇ ਨਾਲੇ ਟਾਈਮ ਵੇਖੋ ਕਿੰਨਾ ਹੋ ਗਿਆ, ਹੁਣ ਮੈਂ ਜਾਵਾਂ। ਨਹੀਂ ਪ੍ਰੀਤ, ਉਦਣ ਵੀ ਤੂੰ ਆਈ ਚਲੋ ਚਲੋ ਕਰਦੀ ਰਹੀ ਸੀ, ਰਾਇਆ ਹਾਂ ਰਾਤ। ਮੰਮੀ ਦੇ ਨਹੀਂ ਬੜੇ ਨਿੱਕੀ ਨਿੱਕੀ ਆ, ਜਾ ਕੇ ਵੀ ਫਿਰ ਸਾਰਾ ਹੀ ਕੰਮ ਆਉਂਦੀ ਵੀ ਤੂੰ ਉਸੇ ਟਾਈਮ ਨਾਲ ਆ ਤੇ ਬਸ ਭੱਜਣ ਦੀ ਕਰਦੀ ਆ, ਘਰੋਂ ਵੀ ਕਰਕੇ ਆਉਣਾ ਪੈਂਦਾ। ਉਹ ਦਵਿੰਦਰ ਨੇ ਵੀ ਐਸੇ ਚੱਕਰ ਦੇ ਵਿੱਚ ਘਰ 'ਚ ਜਿਹੜਾ ਰੌਲਾ ਰੱਪਾ ਜਿਹਾ ਪਾਇਆ, ਮੂੰਹ ਵੱਟਿਆ, ਉਹਨੇ ਵੀ ਕੁਛ ਨਹੀਂ ਕਰਨਾ ਜਾਂਦਿਆਂ ਨੂੰ। ਚੱਲ ਕੋਈ ਨਹੀਂ, ਆਉਂਗੀ ਜਿੱਦਣ ਮੈਂ, ਹੁਣ ਆਈ ਉੱਦਣ ਰਾਤ ਹੀ ਰਹਿ ਕੇ ਜਾਊਂਗਾ। ਇੱਦਾਂ ਹੀ ਕਰਕੇ ਤੂੰ ਚਲ ਜਾਂਦੀ ਆ, ਰਹਿੰਦੀ ਨਹੀਂ ਤੂੰ, ਨਾਲੇ ਰਾਜਵੀਰ ਵੀ ਘਰ ਹੋਊਗਾ। ਚੱਲ ਉਹਨੇ ਤੇ ਅਜੇ ਲੇਟ ਹੀ ਆਉਣਾ ਵਾ, ਬਾਕੀ ਤੁਸੀਂ ਆਪਣਾ ਖਿਆਲ ਰੱਖਿਓ, ਮੇਰੀ ਨਾ ਚਿੰਤਾ ਕਰਿਓ। ਮੈਂ ਤੇ ਤੈਨੂੰ ਪੁੱਤ ਕੋਈ ਗੱਲ ਹੀ ਨਹੀਂ ਦੱਸਦੀ, ਮੈਂ ਤੇ ਆਪਣੇ ਦੇ ਆਪਾਂ ਸਾਰਾ ਹੀ ਕਰਦੀ। ਮੈਂ ਹੁਣ ਇੱਕੋ ਆਪਣੇ ਮਨ ਦੇ ਵਿੱਚ ਗੰਢ ਮਾਰ ਲਈ ਆ ਵੀ ਨਹੀਂ ਤੇ ਨਹੀਂ ਸੀ, ਜਿੰਨਾ ਦੇ ਨਹੀਂ ਹੁੰਦੇ ਉਹਨਾਂ ਦੇ ਕਿਹੜਾ ਟਾਈਮ ਪਾਸ ਨਹੀਂ ਹੁੰਦੇ। ਮੈਨੂੰ ਨਹੀਂ ਹੁਣ ਕਹੀ ਹੈਗੀ ਚਿੰਤਾ, ਬਸ ਮੈਨੂੰ ਗੌਰਵ ਦਾ ਹੀ ਆ ਵੀ ਗੌਰਵ ਸਹੀ ਰਹੇ। ਚੱਲ ਰਾਤ ਰਹੋ, ਹਜੇ ਰਹਿ ਪਾ ਰਾਤ। ਨਹੀਂ ਮੰਮੀ, ਫਿਰ ਕਿਸ ਦਿਨ ਆਊਂਗੀ, ਹੁਣ ਟਾਈਮ ਬੜਾ ਹੋ ਗਿਆ। ਮੇਰੇ ਭਾ ਦਾ ਸਿਆਪਾ ਪਾਇਆ, ਆਪ ਨਿਕਲ ਗਈ ਆ, ਅਜੇ ਕੱਪੜੇ ਧੋਣ ਵਾਲੇ ਪਏ ਆ।
झाड़ू अंदर च लगना बहर दहा निबड़िया वा सैल सपाटे घर निकल जाती बहाने ना ही हाय रब्बा इन्ने कपड़े धोन आले पे आ की करा हूं इन्हों पेल धोव फिर रोटी आलू नहीं रोटी मिल जाऊ तरीक च है जोबन मिल जूगी रोटी तानू मैं वेली नहीं हाँ एडा वा बेड़ा वा जिथे झाड़ू पोचा करके आई हाँ अंदर बारह का सारा किया कपड़े हम चुके मशीन च पा गई इन्हें साडे महाराणी ने रखे कपड़े धोन तो आले मेरे सिर ते छड़ के चल गई सारा को फुलके लथन वाले फुलके लथन वाले कदे उधर वड़ी नहीं मशीन दवाई होई नहीं बाहर ते फिर होर भी काम करने आ हुण मैं रोटी वेखी जानी आ कपड़े आ ओ धोण वाले ओ नहीं धोने ते रोंदी क्यों रोण किथे डई आ मैं तो रोणा वा रोण मेरे दुश्मन हद कर दे तू मोड़ पेंदी तेनू फेरे 11 बज के रोटियां 12 बहर वाली दे दी इकट्ठी सारा कुछ मिल जाना वा हौसला रखो हौसला रखण डए सवेर दे के 11 बज गए हौसला ही है वाह तेरे हद ही करदा ए बंदा वाह इहदे ऐ लगदा जिद्दां कदी रोटी खादी नहीं हुंदी रसोई च गेड़ियां लाई जांदा वा एक वो आ जड़ी जड़ी मनेरे जाके बह गई उथे कड़ा बरात का काम ही जड़ा लेट हो जाना वा उन्हू पता ही भी कर लेना वा तां ते निकली आ वाह मेरी जान नू स्यापा पाया वा पता भी हैगा चंगा भला भी मैं काम कदी इना कीता नहीं आ मैं रोटी बनी है जे के नहीं आओ खा ला रोटी ओदी पक्की जेदी तू साइड लेनी है खा ला ओदी रोटियां मेरे ख्याल नहीं 12 1 तो पहला मिलदी मैं ते 3 बरा जाया अंदरों लगी उथे सफाइयां करी जांदी कदी उधर तो मरी जांदी दाड़ ही नहीं बनी है कुछ ਚੌਂਕੇ ਚ ਕਦੇ ਇਹਦੀ ਵਧੀ ਆ ਅੱਜ ਚੜੀ ਆ ਨਾ ਚੌਂਕੇ ਲੱਗ ਜੂ ਪਤਾ ਰੋਟੀ ਕਿੱਦਾਂ ਦੀ ਖਾ ਲੋ ਪੱਕੀਆਂ ਉਹਦੀਆਂ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਆ ਗਈ ਆ ਹਾਂਜੀ ਇਹ ਕਿਹੜਾ ਟਾਈਮ ਆ ਪਹਿਲਾਂ ਆਉਣ ਦਾ ਦਿਨ ਬੜੇ ਨਿੱਕੇ ਨਿੱਕੇ ਆ ਚਾਟੀ ਸ਼ਾਮਾਂ ਪੈ ਗਈਆਂ ਦਿਨ ਨਿੱਕੇ ਨਿੱਕੇ ਨਹੀਂ ਆ ਤੂੰ ਜਦੋਂ ਵੀ ਜਾਣੀ ਆ ਨਾ ਤੇਰੀਆਂ ਰਹਿਬ ਆਗਾ ਹੋ ਜਾਂਦੀਆਂ ਜਿੱਥੇ ਮਰਜ਼ੀ ਘੁੰਮ ਕੇ ਆਰਾਮ ਨਾਲ ਆਉਣੀ ਆ ਇਹ ਕੋਈ ਬੰਦਿਆਂ ਵਾਲੀ ਗੱਲ ਨਹੀਂ ਆ ਸ਼ਾਮਾਂ ਪੈ ਗਈਆਂ ਉਧਰ ਵੇਖ ਦੇਣ ਕਿੱਥੇ ਆ ਫਿਰ ਤੁਸੀਂ ਨਾਲ ਚੱਲ ਜਾ ਕਰੋ ਨਾ ਆਪਣਾ ਸਾਧਨ ਹੋਵੇ ਤੇ ਟਾਈਮ ਤੇ ਆ ਜਾਈਦਾ ਨਾਲ ਤੇ ਤੇਰੇ ਨਾਲ ਮੈਂ ਜਾਵਾਂ ਪਰ ਤੂੰ ਨਾਲ ਜਾਣ ਦਾ ਕੰਮ ਨਹੀਂ ਕਰਨ ਦੀ ਤੇ ਬੱਸਾਂ ਦੇ ਤੇ ਫਿਰ ਲੇਟ ਹੀ ਹੋਣਾ ਚੰਗਾ ਵਧੀਆ ਜਵਾਬ ਆ ਬੱਸਾਂ ਤੇ ਲੇਟ ਹੋਣਾ ਵਾ ਮੇਰੇ ਆ ਇਧਰ ਆ ਬਹੁ ਮੇਰੇ ਕੋਲ ਕੀ ਆਈ ਆ ਕੀ ਦੱਸਦੀ ਪੈਣੀ ਬਾਰੇ ਕੀ ਦੱਸਣਾ ਹੈ ਤੇ ਮੈਂ ਪੁੱਛਿਆ ਹੀ ਕੋਹ ਨੂੰ ਦੱਸਣਾ ਉਹਨੇ ਕੀ ਆ ਤੂੰ ਪੁੱਛਣਾ ਹੀ ਨਾ ਪੁੱਛ ਲੈਨੋ ਉਹ ਉਹੀ ਉਹਨੇ ਜਵਾਬ ਦੇਣਾ ਰੱਖਿਆ ਬੱਜਾ ਭਰਾ ਨੂੰ ਦੇਣੀ ਫਲਾਣੇ ਨੂੰ ਦੇਣੀ ਉਹ ਸਾਨੂੰ ਥੋੜੀ ਦੇਣਾ ਉਹਨੇ ਕੋਈ ਗੱਲ ਚਲੋ ਪੁੱਛ ਲੈਣਾ ਫਿਰ ਕਹਿੰਦੇ ਕਿ ਵੇਖ ਲਾ ਇਹਨੇ ਬੜਾ ਸਾਡੀ ਜਾਨ ਨੂੰ ਤੰਗ ਕੀਤਾ ਇਹਨਾਂ ਉਹਨਾਂ ਨੇ ਚੇਚਾ ਫੋਨ ਕਰਕੇ ਅਰਜੈਂਟ ਤੈਨੂੰ ਬੁਲਾਇਆ ਸੀ ਤੂੰ ਪੈਲੀ ਦਾ ਮਸਲਾ ਹੱਲ ਕਰਕੇ ਆਈ ਆ ਕਿਆ ਨਹੀਂ ਮੰਮੀ ਨੇ ਉਦਾਂ ਹੀ ਬੁਲਾਇਆ ਸੀ ਉਹ ਰਾਜਵੀਰ ਉਦੋਂ ਥੋੜਾ ਇਥੋਂ ਪਰੇਸ਼ਾਨ ਗਿਆ ਸੀ ਨਾ ਤੈਨੂੰ ਪੈਸੇ ਪੂਹਣ ਦਾ ਪਤਾ ਲੱਗਾ ਸੀ ਤਾਂ ਕਰਕੇ ਕਹਿੰਦੇ ਸੀ ਧਿਆਨ ਅਸਾਂ ਪੈਲੀ ਦਾ ਕੋਈ ਗੱਲ ਨਹੀਂ ਕੀਤੀ ਨਹੀਂ ਚਲੋ ਠੀਕ ਆ ਹੁਣ ਐਸੇ ਗੱਲ ਤੇ ਪੱਕੀ ਰਵੀ ਐਸੇ ਜ਼ਬਾਨ ਤੇ ਰਵੀ ਜਿੱਦਾਂ ਤੂੰ ਬੋਲਦੀ ਆਈ ਆ ਹੁਣ ਤੈਨੂੰ ਮੈਂ ਕਹਿਣਾ ਕੁਛ ਨਹੀਂ ਆ ਪਰ ਤੈਨੂੰ ਮੈਂ ਕਰਕੇ ਦਿਖਾਊਂਗਾ ਕਿ ਮੈਂ ਕੀ ਕਰ ਸਕਦਾ ਵਾਂ ਦਵਿੰਦਰ ਕਿੰਨਾ ਟਾਈਮ ਹੋ ਗਿਆ ਸ਼ਾਮਾਂ ਪੈ ਗਈਆਂ ਦਾਲ ਸਬਜ਼ੀ ਕੁਝ ਵੀ ਨਹੀਂ ਬਣਾਇਆ ਅੱਛਾ ਸਵੇਰੇ ਸਾਰਾ ਛੱਡ ਕੇ ਚਲ ਗਈ ਹਾਂ ਸਾਰੇ ਟੱਬਰ ਨੂੰ ਰਜਾਇਆ ਵਾ ਕਿੰਨਾ ਵਿਹੜਾ ਸੀ ਹੂੰ ਜੂਝ ਕੇ ਤੇ ਮੇਰਾ ਤਾਂ ਲੱਕ ਵੀ ਦੁਖਣ ਲੱਗ ਗਿਆ ਵਾ ਕੱਪੜੇ ਕਿੰਨੇ ਛੱਡ ਕੇ ਗਏ ਧੋਣ ਵਾਲੇ ਸਾਰਾ ਕੰਮ ਕੀਤਾ ਵਾ ਤੇ ਹੁਣ ਤੇਰਾ ਰਾਦਾ ਰਾਤ ਦੀ ਰੋਟੀ ਮੈਂ ਬਣਾਵਾਂ ਦਵਿੰਦਰ ਕੱਪੜੇ ਪਰਿਵਾਰ ਦੇ ਹੀ ਆ ਤੇ ਰੋਜ਼ ਹੁੰਦੇ ਆ ਅੱਜ ਕਿਹੜੇ ਨਵੇਂ ਹੋਏ ਆ ਤੇ ਬਾਕੀ ਇੰਨੇ ਛੋਟੇ ਛੋਟੇ ਦੇਣ ਵਾ ਸ਼ਾਮਾਂ ਨੂੰ ਵਾਪਸ ਵੀ ਆਉਣਾ ਸੀ ਬੱਸ ਦੀ ਗੱਲ ਵਾ
ਬੱਸਾਂ ਦੇ ਟਾਈਮ ਅੱਗੇ ਬੜਾ ਲੱਗਦਾ, ਮੈਂ ਤਾਂ ਕਰਕੇ ਸਵਾਦ ਤੇ ਚੱਲ ਗਈ ਸੀ। ਤੂੰ ਤੇ ਕਿਸੇ ਦੇ ਕੰਨੀ ਭਿਣਖੀ ਨੀ ਪਾਈ ਕਿ ਮੈਂ ਜਾਣਾ ਵਾ, ਸਾਰਾ ਕੰਮ ਛੱਡ ਕੇ ਚੱਲ ਗਏ ਸੀ। ਜੇ ਜਾਣਾ ਹੁੰਦਾ ਵਾ ਨਾ ਤੇ ਟਾਈਮ ਨਾਲ ਉੱਠਿਆ ਕਰੋ ਤੇ ਕੰਮ ਕਰਾ ਕੇ ਜਾਇਆ ਕਰੋ ਨਾਲ, ਮੇਰੀ ਇਕੱਲੀ ਚ ਲੋਹਾ ਫਿੱਟ ਨੀ ਕੀਤਾ, ਠੀਕ ਆ? ਅੱਛਾ, ਜਦੋਂ ਤੂੰ ਜਾਣੀ ਹੁੰਦੀ ਆ ਸਾਰਾ ਕਰਕੇ ਜਾਣੀ ਆ। ਉਹ ਦੂਜੀ ਆ ਤੇ ਉਹਨੇ ਕਿਤੇ ਹੱਥ ਨੀ ਵਟਾਇਆ, ਉਹ ਵੀ ਬਸ ਉੱਤੇ ਉੱਤੇ ਰਹਿੰਦੀ, ਉਹਦਾ ਤੇ ਸੇਲ ਪੁਣਾ ਨੀ ਮੁੱਕਦਾ, ਸਹੇਲੀ ਦੇ ਘਰ ਹੀ ਜਾ ਕੇ ਬੈਠੀ ਰਹਿੰਦੀ ਆ। ਹੁਣ ਤੇ ਬੜੀ ਤੇਰੇ ਨਾਲ ਦੀ ਪੱਖ ਲੈਂਦੀ ਆ। ਤੇਰੇ ਨਾਲ ਦੀ ਇਹਨੇ ਦੱਸਣਾ ਸੀ ਥੋੜਾ ਜਿਹਾ ਵੀ ਕਿੱਦਾਂ ਕੰਮ ਕਰੀਦਾ। ਹੁਣ ਰੋਟੀ ਕਰ ਲਾ ਬਣਾਲਾ, ਮੇਰੇ ਚ ਹਿੰਮਤ ਹੈ ਨੀ, ਮੈਂ ਤੈਨੂੰ ਦੱਸਾਂ ਮੇਰਾ ਤੇ ਆਪ ਸਿਰ ਫਟਣ ਡਿਆ ਵਾ ਤੇ ਮੇਰੀ ਤੇ ਕਮਰ ਇੰਨੀ ਦੁਖਣ ਡਈ ਵੀ ਉਹ ਕਹਿਣ ਦੀ ਗੱਲ ਨਹੀਂ ਆ। ਅੱਛਾ, ਇੱਕੇ ਦਿਨ ਚ ਕਮਰ ਦੁਖ ਗਈ? ਤੂੰ ਤਾਂ ਨਿੱਤ ਬਿਮਾਰ ਰਹਿੰਦੀ ਆ, ਕਦੀ ਤੇਰਾ ਲੱਕ ਦਰਦ, ਕਦੀ ਤੇਰਾ ਸਿਰ ਪੀੜ, ਕੰਮ ਤੋਂ ਬਚਣ ਦੀ ਮਾਰੀ ਕਰਦੀ ਰਹਿੰਦੀ ਆ। ਇੱਕ ਦਿਨ ਕੀਤਾ ਵਾ ਤੇ ਹੁਣ ਪਤਾ ਲੱਗਾ ਵਾ ਵੀ ਲੱਕ ਦਰਦ ਕਿੱਦਾਂ ਹੁੰਦੀ ਆ। ਰੋਜ਼ ਇਹੋ ਕੰਮ ਮੇਰੇ ਹੱਡਾਂ ਚੋਂ ਦੀ ਲੰਘਦਾ ਵਾ। ਰੋਟੀ ਦੀ ਕੋਈ ਗੱਲ ਨਹੀਂ, ਉਹ ਤੇ ਮੈਂ ਬਣਾ ਹੀ ਲੈਣੀ ਆ, ਪਰ ਜਦੋਂ ਇੱਕ ਜਣਾ ਘਰੋਂ ਕਿਤੇ ਗਿਆ ਹੋਵੇ ਨਾ ਤੇ ਜ਼ਿਆਦਾ ਨਹੀਂ ਤੇ ਘੱਟੋ ਘੱਟ ਦਾਲ ਸਬਜ਼ੀ ਤੇ ਬਣਾ ਕੇ ਰੱਖਣੀ ਚਾਹੀਦੀ ਆ, ਵੀ ਆਣ ਕੇ ਅਗਲਾ ਵੀ ਥੱਕਾ ਹਾਰਾ ਹੁੰਦਾ, ਫੁਲਕੇ ਬਣਾ ਲੂਗਾ। ਸਵੇਰੇ ਸਾਰਿਆਂ ਨੂੰ ਖੈਬ ਖਵਾਇਆ ਪਿਆ ਵਾ, ਕੂਕਰ ਚਾੜਿਆ ਸੀ ਦਾਲ ਦਾ, ਮੁੱਕ ਗਈ ਆ, ਹੁਣ ਬਣਾ ਲਾ ਕਹੋ ਕਿ ਮੇਰੇ ਸਿਰ ਤੇ ਹੀ ਹੁੰਦਾ ਵੀ ਹੁਣ ਮੈਂ ਹੀ ਬਣਾਉਣਾ ਵਾ। ਤੇ ਦਵਿੰਦਰ ਸਾਹਨ ਕੀਤਾ ਖਵਾਉਣਾ ਪਿਆਉਣਾ ਨਹੀਂ ਸੀ, ਉਹਨਾਂ ਭੁੱਖੇ ਬੈਠੇ ਰਹਿਣਾ ਜੋ ਵਰਤੀ ਸੀ ਉਹਨਾਂ ਦਾ। ਮੇਰੇ ਨਾਲ ਹੁਣ ਸਿਰ ਨਾ ਖਪਾ ਤੇ ਜਾ ਕੇ ਸਬਜ਼ੀ ਸੁਬਜ਼ੀ ਬਣਾ ਲਾ, ਮੇਰੇ ਚ ਤੇ ਹਿੰਮਤ ਹੈ ਨਹੀਂ। ਮੇਰੇ ਨਾਲ ਨਾ ਆਉਂਦੀ ਉੱਥੇ ਰਾਤ ਰਹਿ ਪੈਂਦੀ ਤੇ ਫਿਰ ਸਾਰਾ ਟੱਬਰ ਭੁੱਖਾ ਸੌਣਾ ਸੀ। ਫਿਰ ਤੇ ਮਰਨਾ ਪੈਣਾ ਸੀ, ਕਰਨਾ ਮਰਦਿਆਂ ਨੂੰ ਜਾ ਕੇ ਚੱਬਣਾ ਹੀ ਪੈਣਾ ਸੀ, ਕੁਛ ਨਾ ਕੁਛ ਤੇ ਕਰਨਾ ਸੀ। ਨਾਲ ਉਹਨੂੰ ਲਾਉਂਦੀ ਜਿਹੜੀ ਸਵੇਰ ਦੀ ਸਹੇਲੀ ਦੇ ਘਰ ਜਾ ਕੇ ਬੈਠੀ ਆ, ਬੀਜੀ ਦੁਆਲੇ ਹੁੰਦੀ ਆ। ਇੱਕ ਤੇ ਇਹ ਨਹੀਂ ਉਹਨੂੰ ਰੈ ਵਾਂਗਾਂ ਖੁੱਲੀਆਂ ਛੱਡੀਆਂ, ਸਾਰਾ ਦਿਨ ਉੱਥੇ ਬੈਠੀ ਰਹਿੰਦੀ ਜਾ ਕੇ। ਕੱਖ ਹਾਲ ਨਹੀਂ ਤੇਰਾ ਵੀ ਇਹ ਹਾਂ, ਮਹਾਰਾਣੀ ਕਿੱਦਾਂ ਆਣ ਕੇ ਟੌਰ ਪਾਉਣ ਲੱਗੀ ਆ। ਇਹ ਰੋਟੀ ਪਾਣੀ ਨਹੀਂ ਬਣਾਇਆ, ਖਵਾਉਣੀ ਤੈਨੂੰ ਪਨੀਰ ਦੀ ਭੁਰਜੀ ਬਣਾ ਕੇ, ਬਣਾ ਤੇ ਖਵਾ, ਸਵੇਰ ਦਾ ਮਰਨ ਡਈ ਆ।